ਤਸਵੀਰਾਂ ਇੱਕ ਆਂਗਨਵਾੜੀ ਸੈਂਟਰ ਦੀਆਂ ਨੇ ਜਿੱਥੇ ਪਿਛਲੇ 6 ਮਹੀਨੇ ਤੋਂ ਇਲੈਕਟ੍ਰਿਸਿਟੀ ਨਹੀਂ ਹੈ। ਯਾਨੀ ਕਿ ਪਿਛਲੇ 6 ਮਹੀਨਿਆਂ ਤੋਂ ਇਸ ਆਂਗਨਵਾੜੀ ਸੈਂਟਰ ਦੀ ਬੱਤੀ ਗੁੱਲ ਹੈ ਤੇ ਬੱਚੇ ਗਰਮੀ ਦੇ ਵਿੱਚ ਪੜ੍ਹਨ ਦੇ ਲਈ ਮਜਬੂਰ ਹੋ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਇਸ ਆਂਗਨਵਾੜੀ ਸੈਂਟਰ ਦੇ ਵਿੱਚ ਲਾਈਟ ਨਹੀਂ ਆਈ ਹੈ। ਬੱਚਿਆਂ ਨੂੰ ਗਰਮੀ 'ਚ ਪੜ੍ਹਾਉਣ ਵਾਲੇ ਅਧਿਆਪਕ ਵੀ ਬੇਹਾਲ ਹੋ ਰਹੇ ਨੇ ਤੇ ਬੱਚੇ ਤਾਂ ਜੋ ਨਿੱਕੇ ਨਿੱਕੇ ਨੇ ਆਂਗਨਵਾੜੀ ਦੇ ਵਿੱਚ ਪੜ੍ਹਨ ਆਉਂਦੇ ਨੇ ਗਰਮੀ ਦੇ ਨਾਲ ਬੇਹੋਸ਼ ਵੀ ਹੋ ਜਾਂਦੇ ਨੇ ਕਿਉਂਕਿ ਨਾ ਤਾਂ ਇੱਥੇ ਪੱਖੇ ਚੱਲ ਰਹੇ ਨੇ ਤੇ ਨਾ ਹੀ ਪੀਣ ਵਾਲਾ ਠੰਡਾ ਪਾਣੀ ਹੈ ਜਿਸ ਕਰਕੇ ਬੱਚਿਆਂ ਨੂੰ ਜ਼ਿਆਦਾ ਦਿੱਕਤਾਂ ਹੋ ਰਹੀਆਂ ਨੇ। ਮੁਸ਼ਕਿਲਾਂ ਦੇ ਵਿੱਚ ਦੇਖ ਕੇ ਹੁਣ ਤਾਂ ਮਾਪਿਆਂ ਨੇ ਵੀ ਆਪਣੇ ਬੱਚਿਆਂ ਨੂੰ ਆਂਗਨਵਾੜੀ ਸੈਂਟਰ 'ਚ ਭੇਜਣ ਤੋਂ ਗੁਰੇਜ਼ ਕਰ ਲਿਆ। ਮਾਪੇ ਆਪਣੇ ਬੱਚਿਆਂ ਨੂੰ ਭੇਜਣ ਲਈ ਤਿਆਰ ਹੀ ਨਹੀਂ ਹੈ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਦੱਸ ਦਈਏ ਕਿ ਇਹ ਆਂਗਨਵਾੜੀ ਸੈਂਟਰ ਗੁਰਦਾਸਪੁਰ ਦੇ ਪਿੰਡ ਪਨਵਾਂ ਦਾ ਹੈ ਜਿੱਥੇ ਪਿਛਲੇ 6 ਮਹੀਨਿਆਂ ਤੋਂ ਇਹ ਗਰਮੀ ਦੇ ਵਿੱਚ ਹੀ ਅਧਿਆਪਕ ਤੇ ਬੱਚੇ ਜੂਝ ਰਹੇ ਨੇ, ਪੜ੍ਹ ਰਹੇ ਨੇ ਕਿਉਂਕਿ ਪਿਛਲੇ 6 ਮਹੀਨੇ ਤੋਂ ਇਸ ਸੈਂਟਰ ਦੇ ਵਿੱਚ ਇਲੈਕਟ੍ਰਿਸਿਟੀ ਨਹੀਂ ਹੈ। ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਵੀ ਪ੍ਰਸ਼ਾਸਨ ਦਾ ਨੁਮਾਇੰਦਾ ਇੱਥੇ ਸਾਰ ਲੈਣ ਨਹੀਂ ਪਹੁੰਚਿਆ ਹੈ। ਹਾਲ ਇਹ ਹੋ ਚੁੱਕੇ ਨੇ ਕਿ ਹੁਣ ਗਰਮੀ ਦੇ ਨਾਲ ਬੱਚੇ ਇੱਥੇ ਬੇਹੋਸ਼ ਹੋਣ ਲੱਗ ਗਏ ਨੇ ਜਿਸ ਕਰਕੇ ਉਹਨਾਂ ਨੂੰ ਘਰ ਭੇਜਣਾ ਪੈਂਦਾ ਹੈ ਤੇ ਜਦੋਂ ਮਾਪੇ ਆਪਣੇ ਬੱਚਿਆਂ ਦਾ ਇਹ ਹਾਲ ਦੇਖਦੇ ਨੇ ਤਾਂ ਫਿਰ ਉਹ ਵੀ ਬੱਚਿਆਂ ਨੂੰ ਆਂਗਨਵਾੜੀ ਸੈਂਟਰ ਦੇ ਵਿੱਚ ਭੇਜਣ ਲਈ ਰਾਜ਼ੀ ਨਹੀਂ ਹੋ ਰਹੇ। ਹੁਣ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਬੱਚਿਆਂ ਦੇ ਭਵਿੱਖ ਦਾ ਹੋ ਰਿਹਾ ਹੈ ਕਿਉਂਕਿ ਨਾ ਤਾਂ ਪੜ੍ਹਾਈ ਹੋ ਰਹੀ ਹੈ ਅਤੇ ਗਰਮੀ 'ਚ ਬੈਠੇ ਬੱਚਿਆਂ ਦੀ ਸਿਹਤ 'ਤੇ ਵੀ ਅਸਰ ਪੈ ਰਿਹਾ ਹੈ ਜਿਸ ਲਈ ਆਂਗਨਵਾੜੀ ਸੈਂਟਰ ਦੇ ਅਧਿਆਪਕਾਂ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਪਾਸੇ ਵੱਲ ਧਿਆਨ ਦਿੱਤਾ ਜਾਏ ਅਤੇ ਇਲੈਕਟ੍ਰਿਸਿਟੀ ਕਿਉਂ ਗੁੱਲ ਹੈ ਇਸ ਦਾ ਕਾਰਨ ਜਾਣ ਕੇ ਉਸਨੂੰ ਸਹੀ ਕੀਤਾ ਜਾਏ ਤਾਂ ਜੋ ਬੱਚੇ ਵਧੀਆ ਤਰੀਕੇ ਨਾਲ ਪੜ੍ਹ ਸਕਣ, ਗਰਮੀ ਤੋਂ ਬਚ ਸਕਣ ਤੇ ਉਹਨਾਂ ਦਾ ਭਵਿੱਖ ਵੀ ਬਿਹਤਰ ਹੋਵੇ। ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ, 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ। ਤੇ ਬੱਚੇ ਸਾਡੇ ਕੋਲ 15 ਨੇ ਤੇ ਕੁਛ ਆਉਂਦੇ ਆ ਕੁਛ ਨਹੀਂ ਆਉਂਦੇ ਲਾਈਟ ਦੇ ਕਰਕੇ, ਕਿਉਂਕਿ ਮਾਂ ਪਿਓ ਫਿਰ ਭੇਜਦੇ ਨਹੀਂ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ, ਪੱਖੇ ਤੋਂ ਬਗੈਰ ਜਿੱਦਾਂ ਬੱਚੇ ਬੇਹੋਸ਼ ਵੀ ਹੋ ਸਕਦੇ ਨੇ। ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬਹਿ ਸਕੀਏ। ਨਹੀਂ ਕੋਈ ਨੀ, ਸਾਡੇ ਸਾਨੂੰ ਕੋਈ ਪੁੱਛ ਗਿੱਛ ਕਰਨ ਆਇਆ ਹੀ ਨੀ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੋ। ਹਾਂਜੀ, ਨਹੀਂ ਕੋਈ ਨੀ, ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ, ਸਾਡੇ ਪੱਖੇ ਚੱਲਣ, ਮੋਟਰ ਚੱਲੇ, ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ। ਤਸਵੀਰਾਂ ਇੱਕ ਆਂਗਨਵਾੜੀ ਸੈਂਟਰ ਦੀਆਂ ਨੇ ਜਿੱਥੇ ਪਿਛਲੇ 6 ਮਹੀਨੇ ਤੋਂ ਇਲੈਕਟ੍ਰਿਸਿਟੀ ਨਹੀਂ ਹੈ। ਯਾਨੀ ਕਿ ਪਿਛਲੇ 6 ਮਹੀਨਿਆਂ ਤੋਂ ਇਸ ਆਂਗਨਵਾੜੀ ਸੈਂਟਰ ਦੀ ਬੱਤੀ ਗੁੱਲ ਹੈ ਤੇ ਬੱਚੇ ਗਰਮੀ ਦੇ ਵਿੱਚ ਪੜ੍ਹਨ ਦੇ ਲਈ ਮਜਬੂਰ ਹੋ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਇਸ ਆਂਗਨਵਾੜੀ ਸੈਂਟਰ ਦੇ ਵਿੱਚ ਲਾਈਟ ਨਹੀਂ ਆਈ ਹੈ। ਬੱਚਿਆਂ ਨੂੰ ਗਰਮੀ 'ਚ ਪੜ੍ਹਾਉਣ ਵਾਲੇ ਅਧਿਆਪਕ ਵੀ ਬੇਹਾਲ ਹੋ ਰਹੇ ਨੇ ਤੇ ਬੱਚੇ ਤਾਂ ਜੋ ਨਿੱਕੇ ਨਿੱਕੇ ਨੇ ਆਂਗਨਵਾੜੀ ਦੇ ਵਿੱਚ ਪੜ੍ਹਨ ਆਉਂਦੇ ਨੇ ਗਰਮੀ ਦੇ ਨਾਲ ਬੇਹੋਸ਼ ਵੀ ਹੋ ਜਾਂਦੇ ਨੇ ਕਿਉਂਕਿ ਨਾ ਤਾਂ ਇੱਥੇ ਪੱਖੇ ਚੱਲ ਰਹੇ ਨੇ ਤੇ ਨਾ ਹੀ ਪੀਣ ਵਾਲਾ ਠੰਡਾ ਪਾਣੀ ਹੈ ਜਿਸ ਕਰਕੇ ਬੱਚਿਆਂ ਨੂੰ ਜ਼ਿਆਦਾ ਦਿੱਕਤਾਂ ਹੋ ਰਹੀਆਂ ਨੇ। ਮੁਸ਼ਕਿਲਾਂ ਦੇ ਵਿੱਚ ਦੇਖ ਕੇ ਹੁਣ ਤਾਂ ਮਾਪਿਆਂ ਨੇ ਵੀ ਆਪਣੇ ਬੱਚਿਆਂ ਨੂੰ ਆਂਗਨਵਾੜੀ ਸੈਂਟਰ 'ਚ ਭੇਜਣ ਤੋਂ ਗੁਰੇਜ਼ ਕਰ ਲਿਆ ਹੈ। ਮਾਪੇ ਆਪਣੇ ਬੱਚਿਆਂ ਨੂੰ ਭੇਜਣ ਲਈ ਤਿਆਰ ਹੀ ਨਹੀਂ ਹੈ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਦੱਸ ਦਈਏ ਕਿ ਇਹ ਆਂਗਨਵਾੜੀ ਸੈਂਟਰ ਗੁਰਦਾਸਪੁਰ ਦੇ ਪਿੰਡ ਪਨਵਾਂ ਦਾ ਹੈ ਜਿੱਥੇ ਪਿਛਲੇ 6 ਮਹੀਨਿਆਂ ਤੋਂ ਇਹ ਗਰਮੀ ਦੇ ਵਿੱਚ ਹੀ ਅਧਿਆਪਕ ਤੇ ਬੱਚੇ ਜੂਝ ਰਹੇ ਨੇ, ਪੜ੍ਹ ਰਹੇ ਨੇ ਕਿਉਂਕਿ ਪਿਛਲੇ 6 ਮਹੀਨੇ ਤੋਂ ਇਸ ਸੈਂਟਰ ਦੇ ਵਿੱਚ
ਇਲੈਕਟ੍ਰਿਸਿਟੀ ਨਹੀਂ ਹੈ। ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਵੀ ਪ੍ਰਸ਼ਾਸਨ ਦਾ ਨੁਮਾਇੰਦਾ ਇੱਥੇ ਸਾਰ ਲੈਣ ਨਹੀਂ ਪਹੁੰਚਿਆ। ਹਾਲ ਇਹ ਹੋ ਚੁੱਕੇ ਨੇ ਕਿ ਹੁਣ ਗਰਮੀ ਦੇ ਨਾਲ ਬੱਚੇ ਇੱਥੇ ਬੇਹੋਸ਼ ਹੋਣ ਲੱਗ ਗਏ ਨੇ, ਜਿਸ ਕਰਕੇ ਉਹਨਾਂ ਨੂੰ ਘਰ ਭੇਜਣਾ ਪੈਂਦਾ ਹੈ। ਤੇ ਜਦੋਂ ਮਾਪੇ ਆਪਣੇ ਬੱਚਿਆਂ ਦਾ ਇਹ ਹਾਲ ਦੇਖਦੇ ਨੇ ਤਾਂ ਫਿਰ ਉਹ ਵੀ ਬੱਚਿਆਂ ਨੂੰ ਆਂਗਨਵਾੜੀ ਸੈਂਟਰ ਦੇ ਵਿੱਚ ਭੇਜਣ ਲਈ ਰਾਜ਼ੀ ਨਹੀਂ ਹੋ ਰਹੇ। ਹੁਣ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਬੱਚਿਆਂ ਦੇ ਭਵਿੱਖ ਦਾ ਹੋ ਰਿਹਾ, ਕਿਉਂਕਿ ਨਾ ਤਾਂ ਪੜ੍ਹਾਈ ਹੋ ਰਹੀ ਹੈ ਅਤੇ ਗਰਮੀ 'ਚ ਬੈਠੇ ਬੱਚਿਆਂ ਦੀ ਸਿਹਤ 'ਤੇ ਵੀ ਅਸਰ ਪੈ ਰਿਹਾ ਹੈ, ਜਿਸ ਲਈ ਆਂਗਨਵਾੜੀ ਸੈਂਟਰ ਦੇ ਅਧਿਆਪਕਾਂ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਪਾਸੇ ਵੱਲ ਧਿਆਨ ਦਿੱਤਾ ਜਾਏ ਅਤੇ ਇਲੈਕਟ੍ਰਿਸਿਟੀ ਕਿਉਂ ਗੁੱਲ ਹੈ ਇਸਦਾ ਕਾਰਨ ਜਾਣ ਕੇ ਉਸਨੂੰ ਸਹੀ ਕੀਤਾ ਜਾਏ, ਤਾਂ ਜੋ ਬੱਚੇ ਵਧੀਆ ਤਰੀਕੇ ਨਾਲ ਪੜ੍ਹ ਸਕਣ, ਗਰਮੀ ਤੋਂ ਬਚ ਸਕਣ ਅਤੇ ਉਹਨਾਂ ਦਾ ਭਵਿੱਖ ਵੀ ਬਿਹਤਰ ਹੋਵੇ। ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ, 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ। ਤੇ ਬੱਚੇ ਸਾਡੇ ਕੋਲ 15 ਨੇ ਤੇ ਕੁਛ ਆਉਂਦੇ ਆ ਕੁਛ ਨਹੀਂ ਆਉਂਦੇ ਲਾਈਟ ਦੇ ਕਰਕੇ, ਕਿਉਂਕਿ ਮਾਂ ਪਿਓ ਫਿਰ ਭੇਜਦੇ ਨਹੀਂ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ, ਪੱਖੇ ਤੋਂ ਬਗੈਰ ਜਿੱਦਾਂ ਬੱਚੇ ਬੇਹੋਸ਼ ਵੀ ਹੋ ਸਕਦੇ ਨੇ। ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬਹਿ ਸਕੀਏ। ਨਹੀਂ ਕੋਈ ਨੀ, ਸਾਡੇ ਸਾਨੂੰ ਕੋਈ ਪੁੱਛ ਗਿੱਛ ਕਰਨ ਆਇਆ ਹੀ ਨੀ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੋ। ਹਾਂਜੀ, ਨਹੀਂ ਕੋਈ ਨੀ, ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ, ਸਾਡੇ ਪੱਖੇ ਚੱਲਣ, ਮੋਟਰ ਚੱਲੇ, ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ।